ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਖਿਚੜੀ ਬਣਾਉਣ ਲੱਗੀ ਹਾਂ। ਚੌਲ, ਮਸਰਾਂ, ਮੂੰਗੀ ਦਾਲ, ਇਹਦੇ ਵਿੱਚ ਆਪਾਂ ਟਮਾਟਰ, ਹਰੀ ਮਿਰਚ, ਥੋੜ੍ਹਾ ਅਦਰਕ ਪਾਵਾਂਗੇ। ਪਿਆਜ਼ ਮੈਂ ਕੱਟ ਲਿਆ, ਹੁਣ ਆਪਾਂ ਇਹਨੂੰ ਤੜਕਾ ਲਾਉਂਦੇ ਹਾਂ। ਤੇਲ ਆਪਣਾ ਗਰਮ ਹੋ ਚੁੱਕਿਆ, ਹੁਣ ਆਪਾਂ ਜੀਰਾ ਪਾਵਾਂਗੇ ਇਹਦੇ ਵਿੱਚ। ਜੀਰਾ ਫਰਾਈ ਹੋ ਜਾਵੇ, ਫਿਰ ਆਪਾਂ ਪਿਆਜ਼ ਪਾ ਦਿੰਦੇ ਹਾਂ। ਪਿਆਜ਼ ਆਪਾਂ ਹਲਕੇ ਜਿਹੇ ਫਰਾਈ ਕਰਦੇ ਹਾਂ, ਫਿਰ ਆਪਾਂ ਟਮਾਟਰ ਪਾਉਂਦੇ ਹਾਂ। ਪਿਆਜ਼ ਆਪਣੇ ਹਲਕੇ ਬਰਾਊਨ, ਮਤਲਬ ਵਾਈਟ ਪਿਆਜ਼ ਹੁੰਦੇ ਆ ਨਾ, ਚਿੱਟੇ ਪਿਆਜ਼ ਕਰਕੇ ਜ਼ਿਆਦਾ ਇਹਨਾਂ ਦਾ ਪਤਾ ਨਹੀਂ ਲੱਗਦਾ, ਪਰ ਇਹ ਹਾਫ ਫਰਾਈ ਹੋ ਚੁੱਕੇ ਆ। ਹੁਣ ਆਪਾਂ ਅਦਰਕ, ਹਰੀ ਮਿਰਚ, ਟਮਾਟਰ ਪਾ ਦੇਣੇ। ਆਪਾਂ ਲੂਣ ਪਾ ਦਿੰਦੇ ਹਾਂ, ਨਮਕ ਸਵਾਦ ਅਨੁਸਾਰ। ਅਸੀਂ ਹਫ਼ਤੇ 'ਚ ਇੱਕ ਦਿਨ ਸਾਡਾ ਰੱਖਿਆ ਹੋਇਆ ਕਿ ਅਸੀਂ ਖਿਚੜੀ ਜ਼ਰੂਰ ਖਾਈਦੀ ਹੈ। ਆਪਾਂ ਇਹਨਾਂ ਨੂੰ ਫਰਾਈ ਕਰਦੇ ਹਾਂ ਟਮਾਟਰਾਂ, ਫਿਰ ਆਪਾਂ ਧਨੀਆ ਪਾਊਡਰ ਅਤੇ ਹਲਦੀ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਹਲਦੀ ਵਗੈਰਾ ਪਾ ਦਿੰਦੇ ਹਾਂ, ਥੋੜ੍ਹੀ ਜਿਹੀ ਹਲਦੀ ਪਾਉਣੀ ਹੈ, ਆਪਾਂ ਜ਼ਿਆਦਾ ਨਹੀਂ ਪਾਉਣੀ ਹੈਗੀ। ਹੁਣ ਆਪਾਂ ਇਹਦੇ ਵਿੱਚ ਥੋੜ੍ਹੀ ਜਿਹੀ ਐਨੀ ਕੁ ਦੇਸੀ ਲਾਲ ਮਿਰਚ ਪਾ ਦਿੰਦੇ ਹਾਂ, ਧਨੀਆ ਪਾਊਡਰ ਪਾਵਾਂਗੇ, ਥੋੜ੍ਹੀ ਜਿਹੀ ਕਾਲੀ ਮਿਰਚ ਪਾਵਾਂਗੇ, ਥੋੜ੍ਹਾ ਜਿਹਾ ਧਨੀਆ ਹੋਰ ਪਾ ਦਿੰਦੀ ਹਾਂ। ਥੋੜ੍ਹਾ ਜਿਹਾ ਜੀਰਾ ਭੁੰਨਿਆ ਹੋਇਆ ਆ, ਫਿਰ ਪਾਵਾਂਗੇ। ਥੋੜ੍ਹੀ ਜਿਹੀ ਆਪਾਂ ਗ੍ਰੀਨ ਮਿਰਚ ਪਾਵਾਂਗੇ। ਹੁਣ ਆਪਾਂ ਇਹਦੇ ਵਿੱਚ ਚੌਲ ਵਗੈਰਾ ਪਾ ਦਿੰਦੇ ਹਾਂ। ਦਿੰਦੇ ਇਹਦੇ ਵਿੱਚ ਖਿਚੜੀ ਆਪਣੀ, ਫਿਰ ਤਿੰਨ ਸੀਟੀਆਂ ਆਪਾਂ ਤਿੰਨ ਬਿਸਲਾਂ ਕੁੱਕਰ ਦੀਆਂ ਢੱਕਣ ਲਾ ਕੇ ਲਵਾਵਾਂਗੇ। ਖਿਚੜੀ ਆਪਣੀ ਬਣ ਜਾਂਦੀ ਹੈ ਛੇਤੀ। ਬਾਅਦ ਚ ਆਪਾਂ ਥੋੜ੍ਹਾ ਧਨੀਆ ਵੀ ਪਾਵਾਂਗੇ। ਟੱਕ ਦਿੱਤਾ, ਦੋ ਤਿੰਨ ਸੀਟੀਆਂ ਲਵਾਉਂਦੇ ਹਾਂ, ਫਿਰ ਖਿਚੜੀ ਖਿਚੜੀ ਚੈੱਕ ਕਰ ਲੈਂਦੇ ਹਾਂ। ਖਿਚੜੀ ਆਪਣੀ ਬਣ ਗਈ ਆ। ਹੁਣ ਆਪਾਂ ਇਹਦੇ ਵਿੱਚ ਧਨੀਆ ਪਾ ਦਿੰਦੇ ਹਾਂ। ਥੋੜ੍ਹਾ ਜਿਹਾ ਆਪਾਂ ਇਹਦੇ 'ਚ ਨਿੰਬੂ ਪਾਵਾਂਗੇ, ਹਾਫ। ਹਾਫ ਨਿੰਬੂ ਪਾ ਦਿੰਦੇ ਹਾਂ। ਆਪਣੀ ਖਿਚੜੀ ਬਣ ਕੇ ਤਿਆਰ। ਆਪਾਂ ਰਾਇਤਾ ਤਿਆਰ ਕਰਾਂਗੇ। ਦਹੀਂ ਮੈਂ ਲੈ ਲਿਆ, ਇਹਦੇ ਵਿੱਚ ਆਪਾਂ ਪਿਆਜ਼ ਪਾਵਾਂਗੇ, ਬਰੀਕ ਕੱਟਿਆ ਹੋਇਆ ਖੀਰਾ, ਟਮਾਟਰ, ਧਨੀਆ ਔਰ ਪਕੌੜੀਆਂ, ਇਹਨਾਂ ਨੂੰ ਹੁਣ ਆਪਾਂ ਰਲਾਉਂਦੇ ਹਾਂ। ਆਪਾਂ ਇਹਦੇ ਵਿੱਚ ਪਿਆਜ਼ ਦਹੀਂ 'ਚ ਪਾਉਂਦੇ ਹਾਂ। ਖੀਰਾ
ਲਾਵਾਂਗੇ ਆਪਾਂ ਟਮਾਟਰ ਕੱਟੇ ਹੋਏ ਧਨੀਆ ਬਾਅਦ ਚ ਪਾਉਂਦੇ ਹਾਂ ਪਹਿਲਾਂ ਆਪਾਂ ਇਹਦੇ ਵਿੱਚ ਨਮਕ ਵਗੈਰਾ ਪਾ ਦੇਈਏ ਥੋੜ੍ਹੀ ਜਿਹੀ ਆਪਾਂ ਚਿਲੀ ਫਲੈਕਸ ਪਾਵਾਂਗੇ ਇੰਨੀ ਕਿ ਜ਼ਿਆਦਾ ਨਹੀਂ ਪਾਉਣੀ नमक पावेंगे स्वाद अनुसार थोड़े का ला जाएगा ज्यादा का है नहीं धनिया पाउडर थोड़ा जा भुजा है जीरा है ग्राइंड किया हुआ ये पा दें हम आप ला लें टोंगा दूसरा लै हो गया तो थोड़ी जी आवाज जी आती है डिजाइन जहा बने करके हम आप पानी पा देने चाहे दुध भी पा सकते हैं पर इतने तो जो दुध है जो आप पाने किसी चीज तो वधिया नहीं लगता है टेस्ट खराब जहा हो जाता है थोड़ा जहा पानी आप होर पावे थोड़ा जहा आप चाट मसाला भी पावे हूँ आप धनिया पा दें दो मिनट होने आप रख दें फिर आप चाट मसाला पाने हूँ आप थोड़ा जहा चाट मसाला पावे ज्यादा नहीं पाना है बस इन्ना तो पावे क्योंकि उदा तो खिचड़ी जो बीमार लोगों की होंगी असं जरा वधिया प्याज प्यूज पा के बनाने वैसे जो नहीं ठीक होंगे तो आप जीरे का ही कला उनकी तड़का लाने थोड़ा जहा के पा के बस एक बहाना आता कि असी रोटी नहीं अज बना यह अपना रायता बन के तैयार आ खिचड़ी अपनी बन के तैयार है ये मैं थोड़ा जहा बटर पाया नाल रायता हूँ आप बह के खाने तुम मेरी वीडियो वधिया लगती है तो इनू लाइक करो शेयर करो सबसक्राइब करो और कमेंट भी जरूर करिया करो।